ਸਤਿ ਸ੍ਰੀ ਅਕਾਲ ਜੀ, ਹਰਜਿੰਦਰ ਵਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਜੋ ਤੂੰ ਚਾਹੇ ਬਣ ਸਕਦਾ ਹਿੰਮਤ ਅਤੇ ਇਰਾਦੇ ਨਾਲ, ਇਹ ਟਾਈਟਲ ਅੱਜ ਦੀ ਵੀਡੀਓ ਦਾ। ਅਸਲ ਦੇ ਵਿੱਚ ਕਹਾਣੀ ਸੁਣਾ ਕੇ ਮੈਂ ਇਸ ਨੂੰ ਸਿੱਧ ਕਰਨਾ ਚਾਹੁੰਦਾ। ਰਾਤ ਦਾ ਵਕਤ ਸੀ, ਗੱਡੀ ਜਾ ਰਹੀ ਹੈ ਲਖਨਊ ਤੋਂ ਦਿੱਲੀ, ਔਰ ਅਕਸਰ ਜਿਵੇਂ ਹੁੰਦਾ ਹੈ ਆਮ ਤੌਰ 'ਤੇ ਗੱਡੀਆਂ 'ਚ ਸਨੈਚਰ ਆ ਜਾਂਦੇ ਨੇ। ਉਸ ਰਾਤ ਵੀ ਉਸ ਡੱਬੇ ਦੇ ਵਿੱਚ ਸਨੈਚਰ ਚੜ੍ਹ ਗਏ, ਜਿੱਥੇ ਇੱਕ 23 ਵਰੇ ਦੀ ਨੈਸ਼ਨਲ ਲੈਵਲ ਦੀ ਖਿਡਾਰਨ ਵੀ ਸਫ਼ਰ ਕਰ ਰਹੀ ਸੀ। ਅਤੇ ਜਦੋਂ ਸਨੈਚਰਜ ਨੇ, ਜਦੋਂ ਬਦਮਾਸ਼ਾਂ ਨੇ, ਗੁੰਡਿਆਂ ਨੇ ਲੋਕਾਂ ਦੇ ਗਲਾਂ 'ਚੋਂ ਚੇਨੀਆਂ ਲਾਉਣੀਆਂ ਸ਼ੁਰੂ ਕੀਤੀਆਂ, ਹੱਥਾਂ 'ਚੋਂ ਮੁੰਦਰੀਆਂ ਜਿਹੜੀਆਂ ਲਾਉਣੀਆਂ ਸ਼ੁਰੂ ਕੀਤੀਆਂ, ਜਦੋਂ ਉਹ ਉਸ ਖਿਡਾਰਨ ਕੋਲ ਆਏ ਤਾਂ ਉਸ ਨੇ ਜਵਾਬ ਦਿੱਤਾ। ਨਾ ਸਿਰਫ ਜਵਾਬ ਦਿੱਤਾ, ਬਲਕਿ ਉਹ ਗੁੰਡਿਆਂ ਨੂੰ ਇਕੱਲੀ ਨਿਹੱਤੀ ਕੁੜੀ ਨੇ ਵੰਗਾਰਿਆ, ਅਤੇ ਉਹਨਾਂ ਨੂੰ ਨਮੋਸ਼ੀ ਹੋਈ। ਇਹ ਵੀ ਡਰ ਹੋਇਆ ਕਿ ਜੇ ਇਹ ਕੁੜੀ ਤੋਂ ਅਸੀਂ ਡਰ ਗਏ ਤਾਂ ਇਹ ਜਿਹੜੇ ਸਾਰੇ ਡੱਬੇ 'ਚ ਲੋਕ ਬੈਠੇ ਨੇ, ਇਹ ਸਾਡੇ 'ਤੇ ਕਿਤੇ ਅਟੈਕ ਨਾ ਕਰ ਦੇਣ। ਉਹਨਾਂ ਨੇ ਉਹਨਾਂ ਬੰਦਿਆਂ ਨੂੰ ਡਰਾਉਣ ਲਈ, ਹੋਰ ਮੁਸਾਫਰਾਂ ਡਰਾਉਣ ਲਈ ਕੁੜੀ ਨੂੰ ਚੱਕਿਆ, ਗੱਡੀ ਚੱਲਦੀ ਗੱਡੀ ਤੋਂ ਥੱਲੇ ਸੁੱਟ ਦਿੱਤਾ। ਅਤੇ ਉੱਧਰੋਂ ਦੂਜੇ ਪਾਸੇ ਜਦੋਂ ਡਿੱਗੀ, ਦੂਜੇ ਪਾਸਿਓਂ ਇੱਕ ਟ੍ਰੇਨ ਆ ਰਹੀ ਸੀ ਜਿਹੜੀ ਉਹ ਕੁੜੀ ਦੀ ਲੱਤ ਉੱਤੋਂ ਦੀ ਨਿਕਲ ਗਈ। ਇਹ ਘਟਨਾ ਹੈ 11 ਅਪ੍ਰੈਲ 2011 ਦੀ। ਇੱਕ ਕੁੜੀ ਸੀ ਜਿਸ ਦੇ ਬਾਰੇ ਮੈਂ ਦੱਸ ਰਿਹਾ, ਅਰੁਨਿਮਾ ਸਿਨਹਾ। ਇਹ ਵਾਲੀਬਾਲ ਦੀ ਪਲੇਅਰ ਸੀ, ਇੰਡੀਆ ਲੈਵਲ ਦੀ ਪਲੇਅਰ ਸੀ। ਇੱਕ ਬੰਦੇ ਨੇ ਕਿਤਾਬ ਲਿਖੀ ਅਤੇ ਮੈਨੂੰ ਕਹਿੰਦਾ, ਜੀ ਇਹਦੇ 'ਤੇ ਤੁਸੀਂ ਮੁੱਖ ਮੰਤ ਲਿਖੋ। ਉਹਨੇ ਇਹਦੀ ਸਟੋਰੀ ਜਿਹੜੀ ਦਿੱਤੀ। ਅਸਲ ਦੇ ਵਿੱਚ ਗੱਲ ਇਹ ਸੀ, ਜਦੋਂ ਮੈਂ ਸਿਨਹਾ ਦੀਆਂ ਗੱਲਾਂ ਸੁਣੀਆਂ, ਮੈਂ ਤਾਂ ਹੈਰਾਨ ਹੋ ਗਿਆ ਕਿ ਜਦੋਂ ਲੱਤ ਕੱਟੀ ਗਈ, ਉਸਨੂੰ ਉਸ ਵੇਲੇ ਹੋਸ਼ ਆਈ ਜਾਂ ਪਤਾ ਲੱਗਿਆ ਜਦੋਂ ਚੂਹੇ ਉਹਦੀ ਲੱਤ ਨੂੰ ਖਾਣ ਲੱਗ ਗਿਆ ਕੇ, ਔਰ ਉਹ ਚੂਹੇ ਉਦੋਂ ਭੱਜਦੇ ਸੀ ਜਦੋਂ ਦੂਜੀ ਲਾਈਨ 'ਤੇ ਟ੍ਰੇਨ ਆ ਜਾਂਦੀ ਸੀ। ਬਹੁਤ ਔਖੀ ਸੀ ਉਹ ਕੁੜੀ, ਸਵੇਰ ਹੋਈ ਥੋੜ੍ਹੀ, ਅਤੇ ਜਿੱਥੇ ਉਹ ਪਈ ਸੀ ਉੱਥੇ ਲੋਕ ਕੁਛ ਸੈਰ ਕਰਨ ਆਏ, ਅਤੇ ਉਹਨਾਂ ਨੇ ਦੇਖਿਆ ਕਿ ਕੋਈ ਲੜਕੀ ਇਸ ਤਰ੍ਹਾਂ ਪਈ ਹੈ। ਉਹਨਾਂ ਨੇ ਉਸਨੂੰ ਫਸਟ ਏਡ ਦਿੱਤੀ, ਛੋਟਾ ਜਿਹਾ ਸਟੇਸ਼ਨ ਸੀ, ਔਰ ਮਲਮ ਪੱਟੀ ਕਰਕੇ ਦਿੱਲੀ ਦੀ ਗੱਡੀ ਬਹਾਤਾ, ਅਤੇ ਉਹ ਏਮਜ਼ ਦੇ ਵਿੱਚ ਚਲੀ ਗਈ, ਉੱਥੇ ਉਹਦਾ ਇਲਾਜ ਹੋਇਆ। ਹੁਣ ਇਹ ਕਹਾਣੀ ਜਿਹੜੀ ਹੈ ਕਿ ਇਲਾਜ ਦੌਰਾਨ ਦੋ ਗੱਲਾਂ ਉਹ ਕਹਿੰਦੀ ਮੇਰੇ ਮਨ 'ਚ ਆਉਂਦੀਆਂ ਸੀ। ਜਾਂ ਤਾਂ ਉਹ ਵਿਚਾਰੀ ਬਣ ਗਈ ਇੱਕ ਲੱਤ, ਜਿਹੜੀ ਕੁੜੀ ਨੇ ਵੱਡੇ ਸੁਪਨੇ ਲਏ ਹੋਣ, ਜਿਹੜੀ ਕੁੜੀ 18 ਸਾਲ ਦੀ ਉਮਰ 'ਚ ਰਾਸ਼ਟਰ ਲੈਵਲ ਦੀ ਜਿਹੜੀ ਹੈ ਇੱਕ ਕੌਮੀ ਪੱਧਰ ਦੀ ਖਿਡਾਰਨ ਬਣ ਗਈ ਹੋਵੇ, ਉਹ ਜਿਹੜੀ ਕੁੜੀ ਇਹ ਕਹਿ ਰਹੀ ਹੈ ਕਿ ਦੋ ਹੀ ਗੱਲਾਂ ਮੈਨੂੰ ਲੱਗਦੀਆਂ ਸੀ, ਵੀ ਜਾਂ ਤਾਂ ਹੁਣ ਮੈਂ ਵਿਚਾਰੀ ਬਣ ਗਈ, ਜਦੋਂ ਮੈਂ ਜਾਇਆ ਕਰੂੰ ਲੋਕ ਕਿਹਾ ਕਰਨਗੇ ਉਹ ਚੱਲੀ ਹੈ ਵਿਚਾਰੀ ਅਰੁਨਿਮਾ ਸਿਨਹਾ, ਅਤੇ ਪਰ ਮੈਂ ਤਾਂ ਸੁਪਨੇ ਲਏ ਸੀ ਬਚਪਨ 'ਚ, ਵੱਡੇ ਸੁਪਨੇ, ਸ਼ੋਹਰਤ ਕਮਾਉਣ ਦੇ, ਦੌਲਤ ਕਮਾਉਣ ਦੇ, ਅਤੇ ਉਹ ਕਿੱਥੇ ਗਏ ਮੇਰੇ ਸੁਪਨੇ। ਉਹ ਬੈਠੀ ਬੈਠੀ ਆਪਣੇ ਨਾਲ ਜਿਹੜਾ ਸੰਵਾਦ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ, ਅਤੇ ਜਿਸ ਨੂੰ ਮੈਂ ਕਹਿੰਦਾ, ਜਦੋਂ ਤੁਸੀਂ ਰਿੜਕਦੇ ਹੋ, ਜਦੋਂ ਤੁਸੀਂ ਸੰਵਾਦ ਕਰਦੇ ਹੋ, ਜਦੋਂ ਸਵੈ ਪ੍ਰਚੋਲ ਕਰਦੇ ਹੋ, ਜਦੋਂ ਤੁਸੀਂ ਕੁਛ ਕਰਨ ਲਈ ਠਾਣ ਲੈਂਦੇ ਹੋ, ਤਾਂ ਫਿਰ ਤੁਸੀਂ ਕਿਸੇ ਨਤੀਜੇ 'ਤੇ ਪਹੁੰਚਣ ਲਈ ਮਿੰਟ ਲਾਉਂਦੇ ਹੋ। ਉਹਨੇ ਫਿਰ ਮਿੰਟ ਲਾਇਆ, ਉਹ ਕਹਿੰਦੀ ਮੈਂ ਫੈਸਲਾ ਕਰ ਲਿਆ ਕਿ ਮੈਂ ਕੁਝ ਵੱਡਾ ਹੀ ਕਰਨਾ, ਮੈਂ ਨਹੀਂ ਵਿਚਾਰੀ ਬਣਨਾ। ਉਹ ਜਦੋਂ ਆਈ ਬਾਹਰ, ਆਉਣ ਸਾਰ ਦੇਹਰਾਦੂਨ ਪਹੁੰਚੀ। ਦੇਹਰਾਦੂਨ ਅਸਲ ਜਾਣ ਦਾ ਕਾਰਨ ਕੀ ਸੀ ਕਿ ਉੱਥੇ ਐਵਰੈਸਟ ਵਿਜੇਤਾ ਬੇਚੰਦਰੀ ਪਾਲ ਉਹਦੇ ਕੋਲ ਪਹੁੰਚ ਗਏ, ਜਾ ਕੇ ਕਹਿੰਦੀ ਮੈਂ ਇੱਕ ਲੱਤ ਨਾਲ ਦੁਨੀਆ ਜਿੱਤਣਾ ਚਾਹੁੰਦੀ ਹੈ। ਹੁਣ ਜਦੋਂ ਤੁਹਾਡੇ ਮਨ 'ਚ ਕੋਈ ਇੰਨਾ ਆਤਮ ਬਲ, ਇੰਨਾ ਵਿਸ਼ਵਾਸ ਦੇਖਦਾ, ਤਾਂ ਦੂਜਾ ਜਿਹੜਾ ਸਾਹਮਣੇ ਵਾਲਾ ਵੀ ਸਮਝਦਾ ਵੀ ਗੱਲ ਤਾਂ ਕੁਛ ਹੈ ਇਹਦੇ 'ਚ, ਅਤੇ ਉਸਨੇ ਵੀ ਸੋਚਿਆ ਗੱਲ ਹੈ। ਟ੍ਰੇਨਿੰਗ ਦੇਣੀ ਸ਼ੁਰੂ ਕਰਤੀ, ਯਾਨੀ ਪਹਾੜ 'ਤੇ ਚੜ੍ਹਨ ਦੀ ਟ੍ਰੇਨਿੰਗ ਇੱਕ ਲੱਤ ਨਾਲ, ਉਹ ਵੀ ਐਵਰੈਸਟ 'ਤੇ ਜਾਣਾ, ਸ਼ੁਰੂ ਹੋ ਗਿਆ ਕੰਮ, ਔਰ ਚੱਲ ਪਿਆ। ਇਹ 11 'ਚ ਘਟਨਾ ਵਾਪਰੀ ਸੀ, ਅਪ੍ਰੈਲ ਦੇ ਵਿੱਚ, ਇੱਕ 1.5 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹਨੇ
कर ली शुरू तैयारी दुनिया जत्तन दी सब तो उची चोटी थे। और 21 मई 2013 सवेर का टाइम सी 10:55 होए सी ते बेस कैंप तो फोन आता है और मैसेज आता है कि तू एवरेस्ट ते ना जाई अज उत्थे मौसम ठीक नहीं लेकिन ऑक्सीजन की कमी के बावजूद मौसम खराब होने के बावजूद अपनी मंजिल के इन्ना नेड़े पहुँच के एक किवें वापस आ सकती सी ये वापस नहीं आई और इसने जान का फैसला किया और चली गई और जाके देश का झंडा उसने उत्थे ला दिता और उसने दुनिया जित के वह कहती फिर मैं बहुत उच्ची जड़ा है उच्ची आवाज कहा कि लो मैं दुनिया जित ली। तो ये जी अरुणिमा सिम्हा की कहानी है ये कहानी ना अपने आप के बहुत कुछ कहती है। ये कहती है कि सचमुच जे कुछ करन दा इरादा बन जाए ना फिर तुसी पिछे मुड़ के नहीं देखते फिर तुसी बड़िया तो बड़िया मंजिलां भी तय कर सकते। ये कहानी इस पासे नूं इशारे करती है। दूजी गल जिहड़ा इशारा जां सूत्र समझा रही है कि कई बार स्थितियां इस तरह दियां बन जांदियां ने जो बहुत विपरीत होंदियां ने और कई बार असीं अपने मंजिल तों पिछे हट जांदे आ। पर एक कुड़ी कहती मैं पिछे नहीं हटी सो सूत्र कहता जो डटे रहोगे तो रस्ता निकल आता और इस भी रस्ता निकल आया। जदों ये उतर के थले आई सब तो पहला अखिलेश यादव ने 25 लाख रुपये अनाउंस किया फिर नरेंद्र मोदी ने फिर तो बहुत पैसे जड़े ने पैसा भी बनया शौहरत भी मिली दौलत भी मिली एक लत वाली इस कुड़ी नूं। तो जे आप कहीए कि इस कहानी नूं इस तरह खत्म कर दिए इस शेर नाल कि खुशबू बनकर फूलों से उड़ा करते हैं खुशबू बनकर फूलों से उड़ा करते हैं धुआं बनकर पर्वतों से उड़ा करते हैं ये मुश्किलें खाक हमें उड़ने से रोकेंगी हम परों से नहीं हौसले से उड़ा करते हैं। ये तो सचमुच ही हौसले दे उड़न की कहानी है। सो मैनू आस है कि जेडे लोग इस तरह की स्थिति ने वह अरुणिमा सिन्हा नूं जरूर याद रखेंगे कि किसी भी स्थिति दे विच तुसी अपनी मिथी हुई मंजिल तय कर सकते हो क्योंकि मंजिल ते पहुँचने लई हौसले की लोड़ होंदी है जिस दे विच हौसला है इरादा उसका जड़ा है बिल्कुल सख्त है तकड़ा है वह आत्म बल नाल पहुँच जाता है। बहुत बहुत शुक्रिया।